ਆਲਟੋ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ। ਅੱਜ ਬਾਅਦ ਦੁਪਹਿਰ ਇੰਦਰਜੀਤ ਸਿੰਘ ਹਰਪੂਰਾ ਨੇ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਗੁਰਦਾਸਪੁਰ ਵੱਜੋਂ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਉਹ ਬਟਾਲਾ ਵਿਖੇ DPRO ਤੈਨਾਤ ਸਨ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਜ਼ਿਲ੍ਹਾ ਸੰਪਰਕ ਅਫਸਰਾਂ ਦੇ ਤਬਾਦਲਿਆਂ ਤਹਿਤ ਉਹਨਾਂ ਨੂੰ ਗੁਰਦਾਸਪੁਰ ਵਿਖੇ ਤੈਨਾਤ ਕੀਤਾ ਗਿਆ। ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਵਿਖੇ ਬਤੌਰ DPRO ਗੁਰਦਾਸਪੁਰ ਵੱਜੋਂ ਅਹੁਦਾ ਸੰਭਾਲਣ ਤੋਂ ਬਾਅਦ ਇੰਦਰਜੀਤ ਸਿੰਘ ਹਰਪੂਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਉਹ ਕੰਮ ਕਰਨਗੇ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ। ਆਓ ਦੇਖਦੇ ਹਾਂ ਕ੍ਰਿਸ਼ਨ ਗੋਪਾਲ ਨਾਲ ਜਤਿੰਦਰ ਕੁਮਾਰ ਸੋਨੂੰ ਦੀ ਇੱਕ ਵਿਸ਼ੇਸ਼ ਰਿਪੋਰਟ। ਸਭ ਤੋਂ ਪਹਿਲਾਂ ਮੈਂ ਆਪਣੇ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਮੈਨੂੰ ਇੱਥੇ ਜੁਆਇਨ ਕਰਾਉਣ ਆਏ ਨੇ। ਸੋ ਭਾਵੇਂ ਕਿ ਮੈਂ ਬਟਾਲੇ ਤੋਂ ਬਦਲ ਕੇ ਗੁਰਦਾਸਪੁਰ ਆਇਆ, ਗੁਰਦਾਸਪੁਰ ਮੇਰੀ ਸ਼ੁਰੂ ਤੋਂ ਕਰਮ ਭੂਮੀ ਰਿਹਾ। ਮੈਂ ਜਦੋਂ ਬਤੌਰ ਪੱਤਰਕਾਰ ਸੀ ਉਦੋਂ ਵੀ ਗੁਰਦਾਸਪੁਰ ਕੰਮ ਕੀਤਾ, DPRO ਬਟਾਲਾ ਰਹਿੰਦਿਆਂ ਹੋਇਆਂ ਵੀ ਅਕਸਰ ਹੀ ਗੁਰਦਾਸਪੁਰ ਦੀ ਪ੍ਰਸ਼ਾਸਨ ਨਾਲ ਇੱਥੋਂ ਦੇ ਮੀਡੀਆ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਸੋ ਨਵਾਂ ਤਾਂ ਖੈਰ ਮੇਰੇ ਲਈ ਕੋਈ ਜ਼ਿਆਦਾ ਕੁਝ ਨਹੀਂ ਗਾ, ਅਤੇ ਮੈਂ ਇੰਨਾ ਇੱਥੇ ਸਾਰਿਆਂ ਨੂੰ ਭਰੋਸਾ ਦਿੰਦਾ ਵਾਂ ਕਿ ਜੋ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਜੋ ਗਤੀਵਿਧੀਆਂ ਕਾਰਵਾਈਆਂ, ਪੰਜਾਬ ਸਰਕਾਰ ਦੀਆਂ ਜੋ ਵੀ ਭਲਾਈ ਸਕੀਮਾਂ ਵਾ, ਉਹਨੂੰ ਹਰ ਹੇਠਲੇ ਪੱਧਰ ਦੇ ਹਰ ਉਸ ਅਖੀਰਲੇ ਵਿਅਕਤੀ ਤੱਕ ਪਹੁੰਚਾਉਣ ਦੀ ਮੇਰੀ ਪੂਰੀ ਕੋਸ਼ਿਸ਼ ਹੋਏਗੀ ਜਿਹਨੂੰ ਉਹਦੀ ਜਾਣਕਾਰੀ ਦੀ ਲੋੜ ਹੋਵੇਗੀ। ਸੋ ਮੇਰੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਊਗੀ ਕਿ ਆਪਣੀ ਪੂਰੀ ਇਮਾਨਦਾਰੀ, ਆਪਣੀ ਤਨਦੇਹੀ ਦੇ ਨਾਲ ਜੋ ਸਰਕਾਰ ਵੱਲੋਂ ਡਿਊਟੀ ਦਿੱਤੀ ਗਈ ਆ ਉਹਨੂੰ ਨਿਭਾਵਾਂ, ਅਤੇ ਜਿਹੜਾ ਇੱਕ ਸਰਕਾਰ ਅਤੇ ਲੋਕਾਂ ਦੇ ਵਿੱਚ ਇੱਕ ਜਿਹੜਾ ਪੁਲ ਦਾ ਕੰਮ ਕਰਨਾ ਹੁੰਦਾ ਉਹ ਮੈਂ ਉਸ ਆਪਣੀ ਡਿਊਟੀ ਨੂੰ ਨਿਭਾ ਸਕਾਂ। ਬਾਕੀ ਮੈਂ ਆਪਣੇ ਪੱਤਰਕਾਰ ਭਾਈਚਾਰੇ ਕੋਲੋਂ ਵੀ ਸਹਿਯੋਗ ਦੀ ਮੰਗ ਕਰਦਾ ਕਿ ਅਸੀਂ ਉਹਨਾਂ ਦੇ ਲਈ ਦਿਨ ਰਾਤ ਹਾਜ਼ਰ ਹਾਂ, ਅਤੇ ਜਿੱਥੇ ਸਰਕਾਰ ਦੀਆਂ ਉਪਲਬਧੀਆਂ ਨੀਤੀਆਂ ਪਹੁੰਚਾਉਣੀਆਂ ਵਾ ਉਹ ਵੀ ਕਿਰਪਾ ਕਰਕੇ ਸਾਥ ਦੇਣ, ਤਾਂ ਜੋ ਅਸੀਂ ਰਲ ਮਿਲ ਕੇ ਸਮਾਜ ਦੇ ਜਿਹੜੇ ਜੋ ਵੀ ਆਪਾਂ ਭਲਾਈ ਆ ਉਹ ਕਰ ਸਕੀਏ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਕੀ ਮੈਸੇਜ ਦੇਣਾ ਚਾਹੋਗੇ ਆਮ ਜਨਤਾ ਨੂੰ? ਮੈਸੇਜ ਇਹੋ ਹੀ ਆ ਜੀ, ਸਰਕਾਰ ਲੋਕਾਂ ਦੇ ਵਾਸਤੇ ਬਹੁਤ ਕੁਝ ਬੜੀਆਂ ਵਧੀਆ ਸਕੀਮਾਂ ਵਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਲਈ ਬਹੁਤ ਵਧੀਆ ਕੰਮ ਕਰ ਰਹੀ ਆ। ਅਸੀਂ ਤੁਹਾਨੂੰ ਜੋ ਸਰਕਾਰ ਦੀਆਂ ਭਲਾਈ ਨੀਤੀਆਂ ਵੱਖ ਵੱਖ ਮਾਧਿਅਮ ਰਾਹੀਂ ਤੁਹਾਡੇ ਤੱਕ ਪੁੱਜਦੀਆਂ ਕਰਾਂਗੇ, ਅਤੇ ਬੇਨਤੀ ਇਹੋ ਹੀ ਆ ਕਿ ਸਰਕਾਰ ਦੀਆਂ ਜੋ ਵੀ ਭਲਾਈ ਨੀਤੀਆਂ ਉਹਨਾਂ ਦਾ ਲਾਭ ਲਿਆ ਜਾਵੇ। ਜੇ ਕੋਈ ਮੁਸ਼ਕਲ ਆਉਂਦੀ ਆ, ਮਾਨਯੋਗ DC ਸਾਹਿਬ ਇੱਥੇ ਗੁਰਦਾਸਪੁਰ ਬੈਠੇ ਆ, ਹਰ ਤਹਿਸੀਲ ਦੇ ਵਿੱਚ SDM ਸਾਹਿਬ ਬੈਠੇ ਆ, ਜਾਂ ਸਾਡੇ ਦਫ਼ਤਰ ਵੀ ਸੰਪਰਕ ਕਰ ਸਕਦੇ ਜੇ ਕਿਸੇ ਨੂੰ ਕੋਈ ਕਿਸ ਚੀਜ਼ ਦੀ ਜਾਣਕਾਰੀ ਚਾਹੀਦੀ ਆ। ਸੋ ਆਪਾਂ ਰਲ ਮਿਲ ਕੇ ਲੋਕਾਂ ਦੇ ਸਹਿਯੋਗ ਨਾਲ, ਲੋਕ ਵੀ ਪ੍ਰਸ਼ਾਸਨ ਦਾ ਸਰਕਾਰ ਦਾ ਸਹਿਯੋਗ ਦੇਣ, ਸੋ ਰਲ ਮਿਲ ਕੇ ਜਿਹੜਾ ਕੰਮ ਹੋ ਜਾਏਗਾ ਜੀ ਉਹਦੇ ਨਾਲ ਮਤਲਬ ਸਾਰ ਚੀਜ਼ ਹੱਲ ਵੀ ਹੁੰਦੀ ਆ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਉਹਦਾ ਲਾਭ ਵੀ ਮਿਲਦਾ। ਸੋ ਆਪਾਂ ਤਾਂ ਸਹਿਯੋਗ ਦੀ ਮੰਗ ਕਰਦੇ ਹਾਂ।